ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਵਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਜੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਖਾਲਸਾ ਨੂੰ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ, ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ ਜੀ ਡਾਕਟਰ ਸਾਹਿਬ ਜੀ, ਇਹਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 12 ਫਰਵਰੀ 2020 ਪਹਿਲੀ ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੇਣ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸੀਏ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦਾ, ਜਿਹਦਾ ਅੱਜ ਉਹਨਾਂ ਦਾ ਜਨਮ ਦਿਨ ਹੈ, ਜਿਹੜਾ ਕਿ ਥਾਂ ਥਾਈ ਸਿੱਖ ਕੌਮ ਨੇ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਔਰ ਇਸ 'ਤੇ ਵਿਸ਼ੇਸ਼ ਪ੍ਰੋਗਰਾਮ ਵੀ ਹੋਏ। ਅਸੀਂ ਸਭ ਸਿੱਖ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਲੱਖ ਲੱਖ ਵਧਾਈ ਦਿੰਦੇ ਹਾਂ। ਸੋ ਜਿੱਥੇ ਵੱਖ ਵੱਖ ਥਾਵਾਂ 'ਤੇ ਫੰਕਸ਼ਨ ਹੋਏ, ਸਮਾਗਮ ਹੋਏ ਉਹਨਾਂ ਦੀ ਜਨਮ ਦਿਨ ਦੇ ਉੱਤੇ, ਸੋ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਦੇ ਉੱਤੇ ਵੀ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਹੀ ਵੱਡਾ ਸਮਾਗਮ ਹੋਇਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ ਔਰ ਵਿਸ਼ੇਸ਼ ਤੌਰ 'ਤੇ TV84 ਨੇ ਇਸ ਨੂੰ ਲਾਈਵ ਕਵਰ ਕੀਤਾ ਔਰ ਸਾਡੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਨੂੰ ਕਾਫੀ ਸਰਾਇਆ। ਉਹਨਾਂ ਨੇ ਮੈਸੇਜ ਵੀ ਕਾਫੀ ਸਾਰੇ ਲਿਖੇ ਚੜ੍ਹਦੀ ਕਲਾ ਵਾਲੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਸੰਤਾਂ ਦੇ ਜੀਵਨ ਬਾਰੇ ਪ੍ਰੋਗਰਾਮ ਦੇ ਐਂਡ ਵਿੱਚ ਵਿਚਾਰਾਂ ਕਰਾਂਗੇ। ਸੋ ਜੋ ਅੱਜ ਦਾ ਸਾਡਾ ਪਹਿਲਾ ਅਹਿਮ ਇਸ਼ੂ ਹੈ ਉਹ ਇਹ ਹੈ ਕਿ ਜੋ ਅਮਰੀਕੀ ਪ੍ਰੈਜੀਡੈਂਟ ਡੋਨਲਡ ਟਰੰਪ ਜੀ ਉਹ 2 ਦੌਰਾ 24 ਤੇ 25 ਫਰਵਰੀ ਨੂੰ ਭਾਰਤ ਜਾ ਰਹੇ ਹਨ। ਉਹ ਕਿਉਂ ਜਾ ਰਹੇ ਹਨ ਭਾਰਤ, ਸੋ ਇਸ ਪਿੱਛੇ ਕੀ ਮਕਸਦ ਹੈ ਉਹਨਾਂ ਦਾ, ਸੋ ਇਸ ਬਾਰੇ ਅਸੀਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਜੋ BJP ਦੇ ਇੱਕ ਵੱਡੇ ਆਗੂ ਨੇ ਕਿਹਾ ਕਿ ਜੋ ਦਿੱਲੀ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਔਰ ਕੇਜਰੀਵਾਲ ਦੀ ਵੱਡੀ ਜਿੱਤ ਹੋਈ ਹੈ, ਉਸ ਪਿੱਛੇ ਜੋ ਹਨੂੰਮਾਨ ਚਾਲੀਸਾ ਹੈ ਉਹ ਪੜਿਆ ਗਿਆ, ਉਹਨਾਂ ਦਾ ਹੀ ਹੱਥ ਹੈ। ਸੋ ਇਹ ਕਿਸ ਤਰ੍ਹਾਂ ਦਾ ਸਿਸਟਮ ਹੈ ਭਾਰਤ ਦੇ ਵਿੱਚ, ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਉਸ ਤੋਂ ਬਾਅਦ ਹਮੇਸ਼ਾ ਇਸ ਤਰ੍ਹਾਂ ਜੋ ਕਸ਼ਮੀਰ ਮੁੱਦਾ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ, ਫਿਰ ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਅੱਜ 12 ਫਰਵਰੀ ਦਾ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਨ, ਬੇਸ਼ੱਕ ਇਸ ਬਾਰੇ 2 ਅੱਡ ਰਾਵਾਂ ਨੇ, ਉਹਨਾਂ ਦਾ ਜਨਮ ਦਿਨ ਜੂਨ ਦੇ ਵਿੱਚ ਐਕਚੁਅਲੀ ਹੋਇਆ, ਪਰ ਕਿਉਂਕਿ ਇੱਕ ਵਕਤ ਸੀ ਜਦੋਂ ਕਿ ਉਹਨਾਂ ਦੀ ਸੰਸਥਾ ਦਮਦਮੀ ਟਕਸਾਲ ਇਸ ਗੱਲ ਤੋਂ ਇਨਕਾਰੀ ਸੀ ਕਿ ਸੰਤ ਸ਼ਹੀਦ ਹੋਏ ਨੇ, ਉਹ ਇਹ ਸਮਝਦੇ ਸੀ ਜਾਂ ਸੰਗਤ ਨੂੰ ਇਹ ਕਹਿੰਦੇ ਸੀ ਕਿ ਜੀ ਉਹ ਠੀਕ ਠਾਕ ਨਿਕਲ ਗਏ ਨੇ ਜਾਂ ਚੜ੍ਹਦੀ ਕਲਾ 'ਚ ਨੇ। ਸੋ ਉਸ ਸਟੇਜ 'ਤੇ ਬਿਨਾਂ ਕਿਸੇ ਟਕਰਾਅ ਦੇ ਕਿ ਕੋਈ ਆਪਸੀ ਕੰਟਰੋਵਰਸੀ ਨਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ 'ਚ ਉਹਨਾਂ ਦਾ ਜਨਮ ਦਿਨ ਮਨਾਉਣ ਦਾ ਜਿਹੜਾ ਰੁਝਾਨ ਇਹ ਉਦੋਂ ਹੀ ਸ਼ੁਰੂ ਹੋਇਆ। ਹਾਲਾਂਕਿ ਬਹੁਤ ਵਾਰ ਮੈਂ ਦੇਖਦਾ ਹਾਂ ਕਿ ਜਦੋਂ ਅਸੀਂ ਜਨਮ ਦਿਨ ਦੀ ਗੱਲ ਕਰਦੇ ਹਾਂ ਤਾਂ ਇਹ ਗੁਰੂ ਸਾਹਿਬਾਨ ਦੇ ਹੀ ਮਨਾਏ ਜਾਂਦੇ ਨੇ ਪ੍ਰਕਾਸ਼ ਦਿਨ ਦੇ ਤੌਰ 'ਤੇ, ਔਰ ਇਵੇਂ ਹੀ ਮਨਾਉਣੇ ਚਾਹੀਦੇ ਨੇ। ਆਮ ਤੌਰ 'ਤੇ ਜਿਹੜੀ ਸਾਡੀ ਰਵਾਇਤ ਰਹੀ ਹੈ ਅਸੀਂ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਉਂਦੇ, ਪਰ ਜਿਵੇਂ ਸਰਦਾਰ ਮਾਨ ਨੇ ਨਿੱਜੀ ਤੌਰ 'ਤੇ ਮੈਨੂੰ ਇਹ ਦੱਸਿਆ ਸੀ ਜਦੋਂ ਪਹਿਲੀ ਵਾਰ ਕੈਨੇਡਾ ਦੀ ਫੇਰੀ ਵੇਲੇ ਅਸੀਂ ਮਿਲੇ
ਜੋ ਹਾਲਾਤ ਸਰਕਾਰ ਨੇ ਬਣਾਏ ਹੋਏ ਸੀ ਉਹ ਚਾਹੁੰਦੇ ਸੀ ਕਿ ਸਿੱਖ ਸੰਤ ਪਿੰਡਾਂ ਵਾਲਿਆਂ ਦੀ ਵਿਰਾਸਤ ਤੋਂ ਉਹਨਾਂ ਦੇ ਮੈਸੇਜ ਤੋਂ ਜਾਂ ਖਾਲਿਸਤਾਨ ਦੀ ਗੱਲ ਤੋਂ ਪਾਸੇ ਚਲੇ ਜਾਣ ਅਤੇ ਦੂਸਰੇ ਪਾਸੇ ਸ਼ਹਾਦਤ ਉਹਨਾਂ ਦੀ ਨੂੰ ਟਕਸਾਲ ਕਬੂਲਣ ਲਈ ਤਿਆਰ ਨਹੀਂ ਸੀ ਸੋ ਅਸੀਂ ਵਿਚਕਾਰਲਾ ਰਸਤਾ ਲੱਭਿਆ ਕਿ ਤਾਂ ਕਿ ਘੱਟੋ ਘੱਟ ਪੰਜਾਬ ਦੀ ਧਰਤੀ 'ਤੇ ਸੰਤ ਪਿੰਡਾਂ ਵਾਲਿਆਂ ਦੀ ਸੋਚ ਜਿਉਂਦਾ ਰਹੇ ਜਿਉਂਦੀ ਰਹੇ ਔਰ ਉਹ ਉਹਨਾਂ ਦਾ ਜਿਹੜਾ ਸ਼ੁਰੂ ਕੀਤਾ ਸੀ ਇਹ ਸਾਰੇ 'ਚੋਂ ਹੁਣ ਹਰ ਸਾਲ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਕੱਲ੍ਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਇਤਿਹਾਸਕ ਗੁਰਦੁਆਰਾ ਹੈ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪਰਨਾਇਆ ਹੋਇਆ ਉੱਥੇ ਬਹੁਤ ਵੱਡਾ ਇਕੱਠ ਹੋਇਆ ਔਰ ਸਾਡੀ TV 84 ਦੀ ਟੀਮ ਨੇ ਰਾਤ ਸਾਰੀ ਜਾਗਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਪੰਜਾਬ 'ਚ ਵੀ ਅੰਮ੍ਰਿਤਸਰ ਤੋਂ ਟਰੈਵਲ ਕਰਕੇ ਸਾਡੀ ਟੀਮ ਮੈਂਬਰ ਗਏ ਔਰ 3.5 ਘੰਟੇ ਦੇ ਲਗਭਗ ਦਾ ਪ੍ਰੋਗਰਾਮ ਲਾਈਵ ਟੈਲੀਕਾਸਟ ਹੋਇਆ ਜਿਸ ਨੂੰ ਸੰਗਤਾਂ ਨੇ ਜਿੱਥੇ ਸਰਾਇਆ ਉੱਥੇ ਜ਼ਾਹਰ ਹੈ ਕਿ ਉਹ ਮੈਸੇਜ ਵੀ ਜਿਹੜਾ ਕੌਮ ਦੀ ਆਜ਼ਾਦੀ ਦਾ ਖਾਲਿਸਤਾਨ ਦਾ ਹੈ ਉਹ ਘਰ ਘਰ ਪਹੁੰਚੇ ਸੋ ਅਸੀਂ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਜਾਂ ਉਹਨਾਂ ਨੇ ਕਿਵੇਂ ਇੱਕ ਛੋਟੀ ਜਿਹੀ ਉਮਰ 'ਚ ਉਹਨਾਂ ਦਾ 1947 'ਚ ਜਨਮ ਹੁੰਦਾ ਅਤੇ 6 ਜੂਨ 1984 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਲਗਭਗ 37 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ ਕੌਮ ਨੂੰ ਹਲੂਲਣ ਦੇ ਵਿੱਚ ਝੰਝੋੜਨ ਦੇ ਵਿੱਚ ਕੌਮੀ ਨਿਸ਼ਾਨਾ ਮਿੱਥਣ ਦੇ ਵਿੱਚ ਔਰ ਸ਼ਹੀਦੀ ਜਿਸ ਕਦਰ ਉਹਨਾਂ ਨੇ ਜੂਝ ਕੇ ਪਾਈ ਦੁਸ਼ਮਣ ਦਾ ਜਰਨੈਲ ਵੀ ਇਹ ਕਹਿਣ 'ਤੇ ਮਜਬੂਰ ਹੋਇਆ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਅਖੀਰਲੇ ਸਾਹ ਅਤੇ ਅਖੀਰਲੀ ਗੋਲੀ ਤੱਕ ਲੜਨਾ ਸੋ ਅਸੀਂ ਅੱਜ ਦਾ ਇਹ ਦਿਨ ਔਰ ਇਹ ਸਮੁੱਚਾ ਪ੍ਰੋਗਰਾਮ ਸੰਤ ਪਿੰਡਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਦੇ ਅੱਜ ਕੱਲ੍ਹ ਮੁੱਖ ਖਬਰਾਂ ਜਿਹੜੀਆਂ ਜਿਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪਣੀ ਜਿਹਨਾਂ ਨੂੰ ਅਮਰੀਕਾ 'ਚ ਫਸਟ ਲੇਡੀ ਕਹਿੰਦੇ ਨੇ ਮੈਲਾਨੀਆ ਟਰੰਪ ਦੇ ਨਾਲ 2 ਰੋਜ਼ਾ ਭਾਰਤ ਦੇ ਦੌਰੇ ਦੇ ਉੱਤੇ ਜਾ ਰਹੇ ਨੇ ਜਿਹੜੀਆਂ ਤਰੀਕਾਂ ਵਾਈਟ ਹਾਊਸ ਵੱਲੋਂ ਦਿੱਤੀਆਂ ਗਈਆਂ ਓਵਲ ਆਫਿਸ 'ਚੋਂ ਔਰ ਬਾਅਦ 'ਚ ਉਹਨਾਂ ਦੇ ਪ੍ਰੈਸ ਸੈਕਟਰੀ ਨੇ ਵੀ ਕਨਫਰਮ ਕੀਤਾ 24 ਅਤੇ 25 ਫਰਵਰੀ ਨੂੰ ਔਰ ਜ਼ਾਹਰ ਹੈ ਨਾਲ ਦੀ ਨਾਲ ਮੋਦੀ ਨੇ ਵੀ ਟਵੀਟ ਕਰਕੇ ਮੋਸਟ ਵੈਲਕਮ ਕਿਹਾ ਔਰ ਨਾਲ ਦੀ ਨਾਲ ਕਿਹਾ ਕਿ ਉਹਨੂੰ ਅਸੀਂ ਯਾਦਗਾਰੀ ਬਣਾਵਾਂਗੇ ਉਹਨਾਂ ਦੀ ਵਿਜ਼ਿਟ ਨੂੰ ਔਰ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਮੀਡੀਆ ਨੂੰ ਔਰ ਓਵਲ ਆਫਿਸ ਦੇ ਵਿੱਚ ਐਡਰੈਸ ਕੀਤਾ ਤਾਂ ਉਹਨਾਂ ਨੇ ਇਸ ਅੰਦਾਜ਼ ਕਿਉਂਕਿ ਆਲਰੇਡੀ ਅਮਰੀਕਾ ਦੇ ਵਿੱਚ ਦੋਨੋਂ ਪਾਰਟੀਆਂ ਦੀਆਂ ਪ੍ਰਾਇਮਰੀਜ਼ ਵੀ ਚੱਲ ਰਹੀਆਂ ਔਰ ਪਿਛਲੇ ਕੱਲ੍ਹ ਹੀ ਡੋਨਲਡ ਟਰੰਪ ਨਿਊ ਹੈਂਪਸ਼ਾਇਰ ਸੀ ਜਿੱਥੇ ਉਹਨਾਂ ਦਾ ਕੈਂਡੀਡੇਚਰ ਐਂਡੋਰਸ ਹੋਇਆ ਇਸੇ ਤਰ੍ਹਾਂ ਈਵਨ ਡੈਮੋਕਰੈਟ ਬਾਰਨੇ ਵੀ ਉੱਥੋਂ ਜਿੱਤਿਆ ਔਰ ਕੱਲ੍ਹ ਜਦੋਂ ਜਿਸ ਕਰਾਊਡ ਨੂੰ ਐਡਰੈਸ ਕੀਤਾ ਟਰੰਪ ਨੇ ਨਿਊ ਹੈਂਪਸ਼ਾਇਰ 'ਚੋਂ 40 ਤੋਂ 50 ਹਜ਼ਾਰ ਦੇ ਕਰੀਬ ਲੋਕ ਸੀ ਔਰ ਟਰੰਪ ਨੇ ਇਹਦੇ 'ਤੇ ਵੀ ਮਜ਼ਾਕ ਉਡਾਉਂਦਿਆਂ ਕਿਹਾ ਕਿ ਜੀ ਇੱਥੇ ਤਾਂ 40-50 ਹਜ਼ਾਰ ਨੂੰ ਹੀ ਮੈਂ ਐਡਰੈਸ ਕੀਤਾ ਪਰ ਮੈਂ ਮੋਦੀ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਜਾਣਾ ਕਿਉਂਕਿ ਜਿਹੜਾ ਟਰੰਪ ਦਾ ਵਿਜ਼ਿਟ ਹੈ 2 ਰੋਜ਼ ਦਾ 2 ਦਿਨ ਦਾ ਉਹਦੇ 'ਚ ਦਿੱਲੀ ਹੈ ਔਰ ਵੱਡੀ ਡੈਸਟੀਨੇਸ਼ਨ ਅਹਿਮਦਾਬਾਦ ਹੈ ਔਰ ਅਹਿਮਦਾਬਾਦ 'ਚ ਭਾਰਤ ਨੇ ਇੱਕ ਸਟੇਡੀਅਮ ਕ੍ਰਿਕਟ ਸਟੇਡੀਅਮ ਬਣਾਇਆ ਜਿਹਨੂੰ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਕਿਹਾ ਜਾ ਰਿਹਾ ਔਰ ਉਹਦੇ 'ਚ 1 ਲੱਖ ਦੀ ਕੈਪੈਸਿਟੀ ਹੈ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਸਟੇਡੀਅਮ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੈ ਔਰ ਟਰੰਪ ਨੇ ਬੋਸਟ ਕੀਤਾ ਕਿ ਮੋਦੀ ਨੇ ਮੈਨੂੰ ਕਿਹਾ ਕਿ ਜੀ ਉੱਥੇ ਮਿਲੀਅਨਸ ਐਂਡ ਮਿਲੀਅਨਸ ਕਿ ਏਅਰਪੋਰਟ ਤੋਂ ਲੈ ਕੇ ਸਟੇਡੀਅਮ ਤੱਕ ਮਿਲੀਅਨਸ ਐਂਡ ਮਿਲੀਅਨਸ ਦਾ ਮਤਲਬ ਕਰੋੜਾਂ 'ਚ ਜਿਹੜੇ ਨੇ ਮੇਰਾ ਸਵਾਗਤ ਹੋਏਗਾ ਸੋ ਉਹਨੇ ਕਿਹਾ ਜੀ ਇਹ ਤਾਂ ਇਹਦੇ ਸਾਹਮਣੇ ਇਹ ਨਿਊ ਹੈਂਪਸ਼ਾਇਰ ਦੀ 40-50 ਹਜ਼ਾਰ ਦੀ ਕਰਾਊਡ ਤਾਂ ਬਿਲਕੁਲ ਪੇਲ ਹੋਏਗੀ ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਇਹ ਵੀ ਜਦੋਂ ਇਸ ਸਾਰੀ ਵਿਜ਼ਿਟ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਇਹਦਾ ਅਸੀਂ ਕਰਾਂਗੇ ਐਨਾਲਿਸਿਸ ਵੀ ਔਰ ਇਹ ਵੀ ਗੱਲ ਸਾਹਮਣੇ ਹੈ ਕਿ ਅਲਟੀਮੇਟਲੀ ਇਹ ਟਾਈਮਿੰਗ ਟਰੰਪ ਦੀ ਵਿਜ਼ਿਟ ਦੀ ਬੇਸ਼ੱਕ ਸੱਦਾ ਤਾਂ ਹੁਣ 4 ਸਾਲ ਟਰੰਪ ਨੂੰ ਹੋ ਗਏ ਨੇ ਔਰ ਮੋਦੀ ਤਾਂ ਜਦੋਂ ਪਹਿਲੀ ਦੀ ਟਰਮ ਸ਼ੁਰੂ ਹੋਈ ਹੈ ਟਰੰਪ ਦੀ ਉਦੋਂ ਤੋਂ ਹੀ ਸੱਦ ਰਿਹਾ ਸੀ ਵੀ ਆਓ ਆਓ ਔਰ ਜਦੋਂ ਮੋਦੀ ਅਮਰੀਕਾ 'ਚ ਆਇਆ ਜਿਹੜੀ ਇੱਕ ਵੱਡੀ ਗੈਦਰਿੰਗ 40-50 ਹਜ਼ਾਰ ਗੁਜਰਾਤੀ ਇਕੱਠੇ ਕਰਕੇ ਹਿਊਸਟਨ ਦੇ ਵਿੱਚ ਜਿਹੜਾ ਹਾਊਡੀ ਮੋਡੀ ਜਿਹਨੂੰ ਮੈਂ ਰਾਊਡੀ ਮੋਡੀ ਕਹਿੰਦੇ ਉਹਦੇ 'ਚ ਵੀ ਜਿਹੜਾ ਜਦੋਂ ਟਰੰਪ ਆਇਆ ਉਦੋਂ ਵੀ ਉਹਦੇ 'ਚ ਵੀ ਪਬਲਿਕਲੀ ਵੀ ਸੱਦਾ ਦਿੱਤਾ ਗਿਆ ਔਰ ਹੁਣ ਜਿਹੜੀ ਉਹਦੀ ਟਾਈਮਿੰਗ ਹੈ ਉਸ ਬਾਰੇ ਵੀ ਅਸੀਂ ਦੇਖਾਂਗੇ ਕਿ ਵੀ ਐਸੀ ਵਾਈਟ ਹਾਊਸ ਜਾਂ ਟਰੰਪ ਦੀ ਕੀ ਜ਼ਰੂਰਤ ਹੈ ਜਦੋਂ ਕਿ ਇੱਕ ਪਾਸੇ ਬੇਸ਼ੱਕ
ਸੈਨੇਟ ਦੇ ਵਿੱਚ ਜਿਹੜੀ ਇੰਪੀਚਮੈਂਟ ਦੇ ਦੋ ਉਸ ਦੇ ਉੱਤੇ ਇਤਰਾਜ਼ ਸੀ ਉਹ ਸੈਨੇਟ ਨੇ ਜਿਹੜੇ ਨੇ ਉਹ ਡਿਸਮਿਸ ਕਰ ਦਿੱਤੇ ਨੇ ਕਿਉਂਕਿ ਯੂ ਐਸ ਹਾਊਸ ਨੇ ਤਾਂ ਉਹਨੂੰ ਇੰਪੀਚ ਕਰ ਦਿੱਤਾ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੈਨੇਟ ਦੇ ਵਿੱਚ ਇੱਕ ਸੈਨੇਟਰ ਰਿਪਬਲਿਕਨ ਜਿਹੜਾ ਮਿਟ ਰੋਮਨੀ ਜਿਹੜਾ ਖੁਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਉਹਨੂੰ ਛੱਡ ਕੇ ਉਹਨੇ ਜਿਹੜਾ ਇਹਦੀ ਇੰਪੀਚਮੈਂਟ ਦੇ ਹੱਕ 'ਚ ਵੋਟ ਪਾਈ ਬਾਕੀ ਸਾਰੇ ਦੇ ਸਾਰੇ ਰਿਪਬਲਿਕਨ ਇਕੱਠੇ ਰਹੇ ਔਰ ਮਿਟ ਰੋਮਨੀ ਦੇ ਨਾਲ ਟਰੰਪ ਦਾ ਵੈਸੇ ਵੀ ਜਦੋਂ ਮਿਟ ਰੋਮਨੀ ਖੁਦ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜਿਆ ਹੋਇਆ ਔਰ ਉਸ ਦਾ ਸੰਬੰਧ ਯੂਟਾ ਸਟੇਟ ਨਾਲ ਹੈ ਜਿੱਥੇ ਕਿ ਜਿਹਨਾਂ ਨੂੰ ਮੋਰਮਨਸ ਕਹਿੰਦੇ ਸੀ ਇੱਕ ਕ੍ਰਿਸਚੈਨਿਟੀ ਦਾ ਇੱਕ ਅੱਡ ਸੈਕਟ ਹੈ ਹੁਣ ਉਹਨੂੰ ਲੇਟਰ ਡੇ ਸੇਂਟਸ ਕਹਿੰਦੇ ਨੇ ਔਰ ਉਹਨਾਂ ਦਾ ਕਾਫੀ ਤਕਰਾਰ ਵੀ ਰਿਹਾ ਅਮਰੀਕਾ 'ਚ ਉਹਨਾਂ ਦੀ ਕਾਫੀ ਪ੍ਰੋਸੀਕਿਊਸ਼ਨ ਵੀ ਮੇਨ ਸਟ੍ਰੀਮ ਕ੍ਰਿਸਚਨਸ ਨੇ ਕੀਤੀ ਮਰਡਰ ਵੀ ਹੋਏ ਉਹਨਾਂ ਦੇ ਹੈੱਡ ਦੇ ਔਰ ਉਹ ਉਹਨਾਂ ਦਾ ਆਪਣਾ ਸਿਸਟਮ ਹੈ ਮਲਟੀਪਲ ਵਾਈਵਸ ਇੱਕ ਤੋਂ ਜ਼ਿਆਦਾ ਹੋਣਾ ਜਿਹੜਾ ਕਿ ਕ੍ਰਿਸਚੈਨਿਟੀ ਦੇ ਬਰਕਸ ਆਪਣੇ ਆਪ ਨੂੰ ਵੀ ਉਹਨਾਂ ਨੇ ਜਿਵੇਂ ਹੁਣ ਇਹਨਾਂ ਦਾ ਤਾਂ ਕ੍ਰਿਸਚੈਨਿਟੀ ਦਾ ਜਿਹੜਾ ਉਹ ਟ੍ਰਿਨਿਟੀ ਦਾ ਕਾਨਸੈਪਟ ਹੈ ਜਿਹਦੇ 'ਚ ਹੋਲੀ ਸਪਿਰਿਟ ਜਿਹਨੂੰ ਗੋਸਟ ਕਹਿੰਦੇ ਨੇ ਐਂਡ ਗੋਡ ਐਂਡ ਸਨ ਆਫ ਗੋਡ ਜੀਸਸ ਟ੍ਰਿਨਿਟੀ ਕਾਨਸੈਪਟ ਆਫ ਟ੍ਰਿਨਿਟੀ ਸੋ ਇਹ ਜਿਹੜਾ ਉਸ ਤੋਂ ਬਾਅਦ ਤਾਂ ਗੱਲ ਹੀ ਮੁੱਕ ਜਾਂਦੀ ਚੌਥੇ ਦੀ ਤਾਂ ਥਾਂ ਹੀ ਨਹੀਂ ਹੈ ਲੇਕਿਨ ਉਹ ਜਿਹੜਾ ਉਹਨੂੰ ਉਸ ਦੇ ਜੀਸਸ ਦੀ ਇਨਕਾਰਨੇਸ਼ਨ ਦੀ ਤਰ੍ਹਾਂ ਜਾਂ ਉਸ ਦੀ ਕੰਟੀਨਿਊਟੀ ਦੇ ਤੌਰ 'ਤੇ ਕਰਦੇ ਨੇ ਸੋ ਹਾਲਾਂ ਉਹਨਾਂ ਦੇ ਕੁਛ ਅੱਛੇ ਟ੍ਰੇਟ ਵੀ ਨੇ ਮੋਰਮਨਸ ਦੇ ਜਿਵੇਂ ਸਮੋਕਿੰਗ ਡਰਿੰਕਿੰਗ ਉਹਨਾਂ ਦੇ ਟੈਬੂ ਹੈ ਕਮਿਊਨਿਟੀ ਓਰੀਐਂਟਡ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਔਰ ਉਹਨਾਂ ਨਾਲ ਵੀ ਅਮਰੀਕਾ 'ਚ ਕਦੇ ਇੱਕ ਥਾਂ ਦੂਜੀ ਉਹਨਾਂ ਨੂੰ ਪੁਸ਼ ਕਰਦੇ ਰਹੇ ਇਵੈਂਚੁਅਲੀ ਹੁਣ ਉਹ ਯੂਟਾ ਸਟੇਟ 'ਚ ਨੇ ਸਾਲਟ ਲੇਕ ਸਿਟੀ ਜਿਹੜੀ ਹੈ ਉਹਨਾਂ ਦੀ ਵੱਡੀ ਇਨਹੈਬੀਟੇਸ਼ਨ ਹੈ ਜਿੱਥੇ ਉਹ ਰਹਿੰਦੇ ਨੇ ਸੋ ਮਿਟ ਰੋਮਨੀ ਨੇ ਜਿਹੜਾ ਸੈਨੇਟ 'ਚ ਖਲੋ ਕੇ ਕਿਹਾ ਵੀ ਕੱਲ੍ਹ ਨੂੰ ਮੇਰੇ ਪੁੱਤਰ ਉਹਨਾਂ ਦੇ ਪੁੱਤਰ ਪੁੱਛਣਗੇ ਕਿ ਜਦੋਂ ਇਸ ਕਿਸਮ ਦਾ ਬੰਦਾ ਵਾਈਟ ਹਾਊਸ 'ਚ ਬੈਠਾ ਸੀ ਜਿਹੜਾ ਨੈਸ਼ਨਲ ਇੰਟਰਸਟ ਨੂੰ ਵਾਇਓਲੇਟ ਕਰ ਰਿਹਾ ਸੀ ਕੰਪਰੋਮਾਈਜ਼ ਕਰ ਰਿਹਾ ਸੀ ਨੈਸ਼ਨਲ ਸਿਕਿਉਰਿਟੀ ਨੂੰ ਜਿਸ ਅੰਦਾਜ਼ ਦੇ ਵਿੱਚ ਯੂਕਰੇਨ ਦੇ ਨਾਲ ਇਹ ਸਾਰੀ ਡੀਲ ਸਾਹਮਣੇ ਆਈ ਕਿ ਕਿਵੇਂ ਟਰੰਪ ਨੇ ਪ੍ਰੈਸ਼ਰਾਈਜ਼ ਕੀਤਾ ਉੱਥੋਂ ਦੀ ਗਵਰਨਮੈਂਟ ਨੂੰ ਕਿਹਾ ਕਿ ਵੀ ਜੋ ਬਾਈਡਨ ਜਿਹੜਾ ਡੈਮੋਕ੍ਰੈਟਿਕ ਕੈਂਡੀਡੇਟ ਹੈ ਔਰ ਵਾਈਸ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਪਹਿਲਾਂ ਵੀ ਉਸ ਲਾਈਨ ਦੇ ਵਿੱਚ ਰਿਹਾ ਔਰ ਕਿਸੇ ਜ਼ਮਾਨੇ 'ਚ ਬਹੁਤ ਪਾਵਰਫੁਲ ਜੋ ਬਾਈਡਨ ਸੈਨੇਟ ਦੀ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਹੈ ਉਹਦਾ ਚੇਅਰਪਰਸਨ ਵੀ ਰਿਹਾ ਔਰ ਕਾਫੀ ਪਾਵਰਫੁਲ ਡੈਮੋਕ੍ਰੈਟ ਹੈ ਔਰ ਉਹਨੇ ਜਿਹੜਾ ਉਹ ਔਰ ਉਹਦਾ ਲੜਕਾ ਜਿਹੜਾ ਯੂਕਰੇਨ ਦੇ ਨਾਲ ਬਿਜ਼ਨਸ ਕਰਦੇ ਸੀ ਟਰੰਪ ਨੇ ਯੂਕਰੇਨੀਅਨ ਗਵਰਨਮੈਂਟ ਨੂੰ ਇਸ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਕਿ ਇਹਦੇ ਖਿਲਾਫ਼ ਇਨਵੈਸਟੀਗੇਸ਼ਨ ਕਰੋ ਔਰ ਦੂਸਰਾ ਜਿਹੜਾ ਜ਼ਾਹਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਸ ਤੋਂ ਪਹਿਲਾਂ ਰਸ਼ੀਅਨ ਇੰਟਰਫੇਰੈਂਸ ਕਿਵੇਂ ਰਹੀ ਅਮਰੀਕਨ ਇਲੈਕਸ਼ਨਾਂ 'ਚ ਔਰ ਕਿਵੇਂ ਹਿਲਰੀ ਕਲਿੰਟਨ ਦਾ ਜਿਹੜਾ ਉਹ ਮੇਲ ਔਰ ਦੂਸਰੀ ਦੀ ਜਿਹੜਾ ਡਾਟਾ ਉਹ ਰਸ਼ੀਆ ਤੋਂ ਲੈ ਕੇ ਆਏ ਨੇ ਇਲੈਕਸ਼ਨ ਦੇ ਮੌਕੇ ਕਿਉਂਕਿ ਲਾਸਟ ਜਿਹੜੀ ਹੈ 2016 ਦੀ ਇਲੈਕਸ਼ਨ ਦੇ ਵਿੱਚ ਟਰੰਪ ਦਾ ਵਿਰੋਧ ਹਿਲਰੀ ਕਲਿੰਟਨ ਨੇ ਕੀਤਾ ਸੀ ਲੇਕਿਨ ਜਿਸ ਹੁਣ ਜੇ ਅਸੀਂ ਕਦੇ ਅਮਰੀਕਾ ਦੀ ਗੱਲ ਕਰੀਏ ਇੱਕ ਜ਼ਮਾਨੇ ਦਾ ਉਹ ਅਮਰੀਕਾ ਸੀ ਜਦੋਂ ਕਿ 1950 ਦੇ ਵਿੱਚ ਸੈਨੇਟਰ ਮੈਕਾਰਥੀ ਉਸ ਕਿਸਮ ਦੇ ਲੋਕ ਸੀ ਜਿਹੜੇ ਕਿ ਇੱਥੇ ਕਿਸੇ ਨੂੰ ਜਿਹੜਾ ਜੇ ਰਿਮੋਟਲੀ ਵੀ ਆ ਜਾਏ ਕਿ ਕਿਸੇ ਦਾ ਕਮਿਊਨਿਸਟ ਪਾਰਟੀ ਨਾਲ ਸੰਬੰਧ ਰਿਹਾ ਅਤੇ ਉਹ ਜੇਲ੍ਹਾਂ ਦੇ ਪਿੱਛੇ ਬੰਦ ਹੁੰਦੇ ਸੀ ਉਹਨੂੰ ਮੈਕਾਰਥੀਜ਼ਮ ਕਹਿੰਦੇ ਨੇ ਕਿ ਵੀ ਕਮਿਊਨਿਸਟ ਜਿਹੜਾ ਉਹ ਹਰ ਕਿਤੇ ਵੀ ਉਹਦੇ 'ਚ ਕਈ ਹਾਲੀਵੁੱਡ ਦੇ ਐਕਟਰ ਕਈ ਪਬਲਿਕ ਫਿਗਰ ਜਿਹੜੀਆਂ ਪ੍ਰੋਸੀਕਿਊਟ ਹੋਈਆਂ ਕਿ ਇੰਨਾ ਸੀ ਹੁਣ ਵੀ ਜਦੋਂ ਤੁਸੀਂ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਭਰਦੇ ਹੋ ਉਹਦੇ 'ਚ ਇੱਕ ਲਾਈਨ ਹੁੰਦੀ ਹੈ ਕਿ ਆਈ ਵਾਜ਼ ਨੈਵਰ ਏ ਮੈਂਬਰ ਆਫ ਕਮਿਊਨਿਸਟ ਪਾਰਟੀ ਐਨੀਵੇਅਰ ਇਸ ਕਿਸਮ ਦਾ ਰਿਹਾ ਔਰ ਹੁਣ ਉਹ ਪ੍ਰੈਜ਼ੀਡੈਂਟ ਆ ਗਿਆ ਜਿਹੜਾ ਹੈਲਪੀ ਉਹਨੇ ਉਹਨਾਂ ਦੀ ਪਹਿਲਾਂ ਕਮਿਊਨਿਸਟਾਂ ਦੀ ਲਈ ਫਿਰ ਯੂਕਰੇਨ ਦਾ ਕਿਸ ਹੱਦ ਤੱਕ ਜਾ ਕੇ ਪਰ ਇਸ ਵੇਲੇ ਇੱਕ ਆਪਣੇ ਕਿਸਮ ਦਾ ਬ੍ਰਾਂਡ ਇੱਥੇ ਸੈੱਲ ਹੋ ਰਿਹਾ ਜਿਹੋ ਜਿਹਾ ਉੱਥੇ ਮੋਦੀ ਕਰ ਰਿਹਾ ਸੋ ਕੁੱਲ ਮਿਲਾ ਕੇ ਮਿਟ ਰੋਮਨੀ ਨੂੰ ਛੱਡ ਕੇ ਉਹਨੇ ਅਗੇਂਸਟ ਵੋਟ ਪਾਈ ਸੋ ਹੁਣ ਉਹ ਇੱਥੋਂ ਨਿਕਲ ਗਿਆ ਹਾਲਾਂਕਿ ਜਦੋਂ ਇੱਕ ਵਾਰੀ ਇੰਪੀਚ ਹਾਊਸ ਕਰਦੇ ਅਮਰੀਕਨ ਇੱਕ ਟਰਮ ਇਸਤੇਮਾਲ ਕਰਦੇ ਨੇ ਲੇਮ ਡੱਕ ਬਿਲਕੁਲ ਕਿ ਲੰਗੜੀ ਬਤਖ ਕਿ ਆਲਰੇਡੀ ਸਟੇਟਸ ਤਾਂ ਲੰਗੜੀ ਬਤਖ ਵਰਗਾ ਹੈ ਸੋ ਹੁਣ ਕਿਉਂਕਿ 2020 'ਚ ਦੁਬਾਰਾ ਰਨ ਕਰ ਰਿਹਾ ਟਰੰਪ ਔਰ ਜਿਸ ਕਿਸਮ ਦਾ ਇੰਪੀਚਮੈਂਟ ਓਵਰ ਹੋਣ ਤੋਂ ਬਾਅਦ ਔਰ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਦੋਂ ਟਰੰਪ ਨੇ ਕੀਤਾ ਉਸ ਦੇ ਵਿੱਚ ਜ਼ਾਹਰ ਹੈ ਕਿ ਹਾਊਸ ਦੇ ਵਿੱਚ ਹਾਊਸ ਦੀ ਸਪੀਕਰ ਨੈਨਸੀ ਪੈਲੋਸੀ ਜਿਹੜੀ ਬੜੀ ਪਾਵਰਫੁਲ ਹੈ ਔਰ ਉਹਨੇ ਹੀ ਸਾਰਾ ਇਸ ਨੂੰ ਲੀਡ ਕੀਤਾ ਕਿ ਹਾਊਸ ਇਹਨੂੰ ਇੰਪੀਚ ਕਰੇ
उन्हें जदों हाथ अगे किया जदों के उन्होंने हक नहीं हाउस के मनाया था। आया तो इन्हें मिलाया नहीं है, लेकिन वह भी जड़ी है पूरी बदलाखोर है। वह फिर जदों ट्रंप बोल के हटिया उन्होंने डॉक्यूमेंट तो पाड़ता उन्हें उसकी स्पीच जड़ी सी वह पाड़ के वह सुट्टी। जी सो इस किस्म के माहौल च हूँ ट्रंप जड़ा वो अपने आप को जिमें प्रेजेंट कर रहा है कि कुछ नहीं होया कुछ नहीं होया जिन्हों, और उस अंदाज मैं समझदा भी जी इंडिया की टाइमिंग है ये भी कोई शक नहीं है कि वोट बैंक भी इंडियंस का और गुजरातियों का है अमरीका, पर इन्ना नहीं है ऑलरेडी वो कोई इन्हों के उत्ते रिलाई नहीं करते कि जी इन्हों वोटों ना उन्हें जितना, पर एक इमेज बिल्डिंग की लाइन जरूर है। और इस तो पहला हालांकि ट्रंप ने जदों की अपनी फस्ट टर्म शुरू की है वो फिलीपींस भी गया, वियतनाम भी गया, चाइना, जापान, नॉर्थ कोरिया, और जदों की इंपीचमेंट हुई हाउस वालों उस तो बाद पिछे जो डेवस स्विट्जरलैंड जिते वर्ल्ड इकनोमिक फोरम की मीटिंग सी उदे च गया, लेकिन भारत की है उसकी पहली विजिट होएगी। फस्ट लेडी भी वो जा रही है जिमें असी कह कि दिल्ली और अहमदाबाद ये मेन डेस्टिनेशन ने। हालां ट्रंप का कोई भारत नाल रिश्ता नवा नहीं है, यदा जवाई जड़ा है वह ऑलरेडी विजिट कर चुका है क्योंकि बॉम्बे दे विच जां एक दो होर थावां दे उत्ते भी ट्रंप टावर्स क्योंकि हंडर्ड्स ऑफ मिलियनस ऑफ डॉलर की इनवैसटमेंट भी है। बहुत बार सानू इन्हां दे जिहड़े बड़े साफ चेहरे सामने नज़र आ रहे हुंदे ने उहदे पिछे एक बहुत वड्डा बिजनेस इंट्रस्ट हुंदा है, और ट्रंप टावर्स और ट्रंप दा जिहड़ी इनवैसटमेंट है वह भी उत्थे है ऑलरेडी। सो ये बाहर ज़ारा तौर दे उत्ते तां पी आर दे एंगल तो ट्रंप नूं भी कुछ चाहिए सी, और उन्हूं पता है भी ये भीड़ भूड़ कट्ठी ताड़ियां तुड़ियां मारन नूं या दूजा ये हो जाता है, पर इहदे नाल ज़ाहर है बिजनेस डील भी इहदा एक हिस्सा है। और जिहड़ियां खबरां सामने ने कि भारत ने 2.6 बिलियन डॉलर दे मिलिट्री हैलीकॉप्टर जिहड़े कि लॉकहीड मार्टिन इहदी मैनुफैक्चरिंग कंपनी है वो डील जिहड़ी है साइन करनी है। सो ज़ाहर है कि ट्रंप जिन्हें ये एक अपना इमेज सैलिंग भी की कि जी देखो मैं चाइना दे नाल भी ट्रेड एग्रीमेंट स्टेटन किया अदरवाइज वन साइडेड सी, और इंडिया बारे ऑलरेडी ट्रंप ये कह चुका है कि इंडिया इज़ ए किंग ऑफ टैरिफ के ये जड़े ने, और ऑलरेडी इंडियन प्रोडक्ट्स के उत्ते भी पाबंदी लाई, एक्सट्रा टैरिफ लाई, इंडिया ने भी लाई, पर हूँ ये लगता है कि भी जिते ये 2.6 बिलियन डॉलर की जी आर्मी हैलीकॉप्टर्स वाली डील क्लीयर होएगी और साइन होएगी दसन लिये कि मैं इन्हें लिया, उत्थे इस गल दियां भी संभावनावां ने कि जिहड़ी इन्हां दी ट्रेड डील है जिहड़ी कि एक्सपैक्टेड सी कि ह्यूस्टन विजिट तो बाद शायद वो साइन करन, पर अमरीका का थोड़ा टफ स्टांस सी। सो पॉसिबल है भी जो अमरीका मंगदा होएगा उन्हां तो इंडिया ने यील्ड कीता होना है, और उसदे भी जिहड़ी है डील दे साइन करन दियां संभावनावां ने। और उहदे च ईवन ट्रंप ने यह गल कही है कि भी जे इंडिया एंड यूएस शेयर ए कॉमन कमिटमेंट टू डेमोक्रेसी एंड प्लूरलिज्म, ये मोदी ने कहा भी इन्हों की देख लो भी क्यों जहाँ प्लूरलिज्म और क्यों जहाँ ये दूजा, लेकिन जड़ा उन्होंने कहा कि भी ये पॉसिबल है कि भी आई विल सी उन्हें दे इंडिया वॉन्ट टू डू समथिंग एंड विल सी इफ वी कैन मेक द राइट डील वी विल डू इट। सो ये भी मतलब अजय नैगोशिएशन किसी कंडे नहीं लगी हैं, पर मैनू ये लगता है कि भी इस वेले क्योंकि ट्रंप नू भी अपना इमेज शो करने की लोड़ है कि जी किवें बिजनेस वाइज मुल्क ने इस चो फायदा कढ़िया, और सब तो ज़्यादा जे देखा जाए कि जिहड़ा इंडिया बैग कर रहा सी बार बार कि प्रेजिडेंट विजिट करे इंडिया, उहदा इस वेले उहदी सब तो वध लोड़ है क्योंकि अमरीकन परस्पैक्टिव तो ठीक है वह तो ऑलरेडी अपने कैंपेन दे विच है, कंफर्टेबल है, और जड़ा हुण तक जिवें कोई भी डेमोक्रेट्स वालों कोई क्रेडिबल कैंडिडेट जड़ा अमरीकना दी इमेजिनेशन नू कैप्चर कर सके वो नहीं आया, तो मैं लगता है कि भी इस दी सैकेंड टर्म दियाँ पॉसिबिलिटीज अज दी डेट च काफ़ी ने। लेकिन इस वेले जिस हद तक इस वेले ट्रंप की विजिट की ट्रंप नालों मोदी नूं ज़्यादा लोड़ है, हुण उहदे दो रीज़न ने। असीं देखते हैं कि ह्यूस्टन की विजिट वेले उस तो पहला ह्यूस्टन की हाउडी मॉडी तो पहला ऑलरेडी जिहड़ा इमरान खान
ਵਾਈਟ ਹਾਊਸ ਦੇ ਸੱਦੇ ਤੇ ਆ ਚੁੱਕੇ ਸੀ ਔਰ ਉਹ ਅਫਗਾਨਿਸਤਾਨ ਦੇ ਵਿੱਚੋਂ ਵਿਦਡਰਾਅਲ ਦੀ ਡੀਲ ਕਰਨੀ ਸੀ ਲੇਕਿਨ ਟਰੰਪ ਨੇ ਵਾਈਟ ਹਾਊਸ ਜੁਆਇੰਟ ਪ੍ਰੈਸ ਕਾਨਫਰੰਸ ਵੇਲੇ ਕਸ਼ਮੀਰ ਬਾਰੇ ਮੀਡੀਏਸ਼ਨ ਦੀ ਆਫਰ ਕੀਤੀ ਜੀ ਫਿਰ ਇਹ ਆਫਰ ਜਿਹੜੀ ਹੈ ਜਦੋਂ ਹੌਡੀ ਮੌਡੀ ਵੀ ਹੋ ਗਿਆ ਉਸ ਤੋਂ ਬਾਅਦ ਯੂਐਨ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਜਿਹਦੇ ਤੋਂ ਬਾਅਦ ਐਡਰੈਸ ਕਰਨ ਤੋਂ ਅਗਲੇ ਦਿਨ ਟਰੰਪ ਇਮਰਾਨ ਖਾਨ ਨਾਲ ਫਿਰ ਮੁਲਾਕਾਤ ਹੋਈ ਉਹਨੇ ਫਿਰ ਉਹਨੂੰ ਆਫਰ ਕੀਤਾ ਇਸੇ ਤਰ੍ਹਾਂ ਹੁਣ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਿਹੜੀ ਕਿ ਮੈਨੂੰ ਹਮੇਸ਼ਾ ਹੀ ਇੱਕ ਬਲਫ ਔਰ ਸਮੋਕ ਸਕਰੀਨ ਜਿਹਦੇ ਪਿੱਛੇ ਕਿਉਂਕਿ ਇਹ ਸਾਰਾ ਹੀ ਕਸ਼ਮੀਰ ਦੇ ਨਾਲ ਜੋ ਕੁਛ ਕੀਤਾ ਇਹ ਇੰਡੀਆ ਨੇ ਇਹਨਾਂ ਦੀ ਮਰਜ਼ੀ ਦੇ ਨਾਲ ਔਰ ਇਹਨਾਂ ਦਾ ਜੋ ਵੀ ਏਜੰਡਾ ਅਨਫੋਲਡ ਆਉਣ ਵਾਲੇ ਪੀਰੀਅਡ 'ਚ ਹੋਏਗਾ ਬਿਲਕੁਲ ਉਹਦੇ ਥੱਲੇ ਕੀਤਾ ਲੇਕਿਨ ਇਸ ਦਾ ਇੰਟਰਨੈਸ਼ਨਲੀ ਮੀਡੀਆ ਰਾਹੀਂ ਉਹ ਭਾਵੇਂ ਵਾਲ ਸਟਰੀਟ ਹੋਏ ਵਾਸ਼ਿੰਗਟਨ ਪੋਸਟ ਹੋਏ CNN ਹੋਏ ਔਰ ਨਿਊਯਾਰਕ ਟਾਈਮਸ ਹੋਏ ਇਹ ਇਸ਼ੂ ਅੱਜ ਤੱਕ ਵੀ ਬਰਾਬਰ ਜਾਰੀ ਹੈ ਕਿਉਂਕਿ 190 ਦਿਨ ਤੋਂ ਜ਼ਿਆਦਾ ਕਸ਼ਮੀਰ ਦੇ ਵਿੱਚ ਲੋਕਡਾਊਨ ਨੂੰ ਹੋ ਗਏ ਨੇ ਔਰ ਇਸ ਬਾਰੇ UN ਸਿਕਿਉਰਿਟੀ ਕੌਂਸਲ ਦੀਆਂ 3 ਮੀਟਿੰਗਸ ਹੋਈਆਂ ਇਸ ਦੇ ਬਾਰੇ US ਕਾਂਗਰਸ ਦੇ ਵਿੱਚ ਜਿਹੜੀਆਂ ਨੇ 2 ਬਰੀਫਿੰਗਸ ਹੋ ਚੁੱਕੀਆਂ ਆਲਰੇਡੀ ਪ੍ਰਮਿਲਾ ਜੈਪਾਲ ਜਿਹੜੀ ਕਾਂਗਰਸ ਵੂਮੈਨ ਹੈ ਸੀਐਟਲ ਤੋਂ ਰੈਜ਼ੋਲਿਊਸ਼ਨ US ਕਾਂਗਰਸ ਦੇ ਸਾਹਮਣੇ ਹੈ ਯੂਰਪੀਅਨ ਪਾਰਲੀਮੈਂਟ ਦੇ ਲਗਭਗ 600 ਮੈਂਬਰਾਂ ਨੇ ਰਲ ਕੇ 5-6 ਰੈਜ਼ੋਲਿਊਸ਼ਨ ਦਿੱਤੇ ਔਰ ਜਿਹੜੇ ਮਾਰਚ ਐਂਡ 'ਚ ਹੀ ਭਾਵੇਂ ਉਹਨਾਂ ਨੂੰ ਉਹਨਾਂ ਨੇ ਕੰਸਿਡਰ ਕਰਨਾ ਕੰਸੋਲੀਡੇਟਡ ਰੈਜ਼ੋਲਿਊਸ਼ਨ ਨੂੰ ਪਰ ਇਸ 'ਚ ਕੋਈ ਸ਼ੱਕ ਨਹੀਂ ਔਰ ਪਾਕਿਸਤਾਨ ਨੇ ਇਸ ਮੁੱਦੇ ਨੂੰ ਹਰ ਫੋਰਮ ਦੇ ਉੱਤੇ ਉਠਾਇਆ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ 'ਤੇ ਵੀ ਅਸੀਂ ਦੇਖਦੇ ਹਾਂ ਕਿ ਇੱਕ ਸੱਚਮੁੱਚ ਇੱਕ ਸੋਲੀਡੈਰਿਟੀ ਦੀ ਗੱਲ ਹੈ ਔਰ ਇੰਡੀਆ ਜਿਹੜਾ ਕਿ ਡਰਾਮੇਬਾਜ਼ੀ ਕਰ ਰਿਹਾ ਕਸ਼ਮੀਰ ਦੇ ਮੁੱਦੇ 'ਤੇ ਪਹਿਲਾਂ ਇੱਕ ਬੈਚ ਐਂਬੈਸਡਰਸ ਦਾ ਖੜਿਆ ਜਿਹਨਾਂ 'ਚ ਜਿਹੜਾ US ਐਂਬੈਸਡਰ ਹੈ ਦਿੱਲੀ 'ਚ ਉਹ ਵੀ ਸੀ ਅੱਜ ਅਸੀਂ 3rd ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਹੁਣ ਦੂਸਰਾ ਬੈਚ ਜਿਹੜਾ ਆਲਰੇਡੀ ਉੱਥੇ ਪਹੁੰਚ ਚੁੱਕਾ ਹੈ ਪਰ ਇਹ ਸਾਰੇ ਦੇ ਬਾਵਜੂਦ ਕਸ਼ਮੀਰ ਇਸ਼ੂ ਡਾਈ ਡਾਊਨ ਹੋਣ ਦਾ ਨਾਂ ਨਹੀਂ ਲੈ ਰਿਹਾ ਜਿਵੇਂ ਉਹ ਸਮਝਦੇ ਸੀ ਜੀ ਅਸੀਂ ਤਾਂ ਸਟੇਟ ਹੀ ਖੁਰਦ ਬੁਰਦ ਕਰ ਦਿੱਤੀ ਕਾਗਜ਼ਾਂ 'ਚੋਂ ਹੀ ਕੱਢ ਦਿੱਤੀ ਖਤਮ ਹੋ ਗਿਆ ਸੋ ਮੈਂ ਸਮਝਦਾ ਵੀ ਇੱਕ ਇੰਪੋਰਟੈਂਟ ਪਾਰਟ ਹੈ ਜਿਹਦੇ ਥੱਲੇ ਬਹੁਤ ਸਾਰੇ ਨੂੰ ਮੋਨੀਟਰ ਕਰ ਰਹੇ ਹੋਣਗੇ ਕਿ ਜੀ ਟਰੰਪ ਕੀ ਕਹੇਗਾ ਸੋ ਮੈਨੂੰ ਲੱਗਦਾ ਵੀ ਇਹ ਸਾਰਾ ਕਿਉਂਕਿ ਹੋਇਆ ਇਹਨਾਂ ਦੀ ਮਰਜ਼ੀ ਨਾਲ ਅਦਰਵਾਈਜ਼ ਇਸ ਇਸ਼ੂ ਦੇ ਚੱਲਦਿਆਂ ਜੇ ਮੋਦੀ ਔਰ ਟਰੰਪ ਇੱਕ ਪੇਜ 'ਤੇ ਨਾ ਹੁੰਦੇ US ਐਡਮਿਨਿਸਟ੍ਰੇਸ਼ਨ ਔਰ ਦੂਸਰਾ ਕੋਈ ਵੀ US ਪ੍ਰੈਜ਼ੀਡੈਂਟ ਇਸ ਟਾਈਮਿੰਗ ਨੂੰ ਨਾ ਚੁਣਦਾ ਵਿਜ਼ਿਟ ਦੇ ਲਈ ਕਿਉਂਕਿ ਪਹਿਲੇ ਕਸ਼ਮੀਰ ਦਾ ਇਸ਼ੂ ਹੈ ਜਿਹੜਾ ਅਮਰੀਕਾ ਦੀ ਅਖਲਾਕੀ ਜ਼ਿੰਮੇਵਾਰੀ ਹੈ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲਿਊਸ਼ਨਸ ਦੀ ਵਾਇਓਲੇਸ਼ਨ ਹੈ ਫਿਰ ਅਸੀਂ ਦੇਖਦੇ ਹਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਜਿਸ ਅੰਦਾਜ਼ ਦੇ ਵਿੱਚ 2 ਮਿਲੀਅਨ ਦੇ ਲਗਭਗ ਅਸਾਮ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਨੂੰ ਬਿਲਕੁਲ ਸਟੇਟਲੈਸ ਕਰ ਦਿੱਤਾ ਔਰ ਫਿਰ ਜਿਹੜਾ ਇਸ ਸਭ ਦੇ ਬਾਵਜੂਦ ਕਿ ਭਾਰਤ ਭਰ ਦੇ ਵਿੱਚ ਅੱਜ ਵੀ ਉਹ ਪ੍ਰੋਟੈਸਟ ਬਰਾਬਰ ਚੱਲ ਰਹੇ ਨੇ ਦਿੱਲੀ ਚੋਣਾਂ ਭਾਵੇਂ ਉਹ ਗਲੋਰੀਫਾਈਡ ਮਿਊਂਸਪਲ ਕਮੇਟੀ ਦਾ ਰੁਤਬਾ ਹੀ ਹੈ ਦਿੱਲੀ ਦਾ ਇਹ ਵੀ ਇੱਕ ਗੱਲ ਜਿਹੜੀ ਹੈ ਅਮਰੀਕਨ ਪਰਸਪੈਕਟਿਵ ਤੋਂ ਇਹਨਾਂ ਦੀ ਕੋਈ ਕੰਪਲਸ਼ਨ ਨਹੀਂ ਹੈ ਕਿ ਉੱਥੇ ਪ੍ਰੈਜ਼ੀਡੈਂਟ ਨੇ ਜਾਣਾ ਜਾਂ ਉੱਥੇ ਕੋਈ ਉਹਨੂੰ ਜਾਣ ਨਾਲ ਮਿਲੇਗਾ ਲੇਕਿਨ ਇਸ ਵੇਲੇ ਉਹਨਾਂ ਦਾ ਪ੍ਰੈਸ਼ਰ ਹੋਏਗਾ ਔਰ ਜਿਸ ਅੰਦਾਜ਼ 'ਚ ਇਸ ਸਾਰੇ ਨੂੰ ਇਹਨਾਂ ਨੇ ਮੂਵ ਕੀਤਾ ਔਰ ਈਵਨ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਟਰਬਨ ਸਿੱਖ ਤਰਨਜੀਤ ਸਿੰਘ ਸੰਧੂ ਅਮਰੀਕਾ 'ਚ ਅੰਬੈਸਡਰ ਦੇ ਤੌਰ 'ਤੇ ਲਿਆਂਦਾ ਰੈਫਰੈਂਡਮ 2020 ਦੀ ਗੱਲ ਵੀ ਸਾਹਮਣੇ ਔਰ ਉਹੀ ਇੰਡੀਅਨ ਗੌਰਮੈਂਟ ਹੈ ਸਟੇਟ ਹੈ ਜਿਹਨੇ ਸਿੱਖਸ ਫਾਰ ਜਸਟਿਸ ਦੇ ਉੱਤੇ ਪਾਬੰਦੀ ਲਾਈ ਹੈ ਔਰ 200 ਦੇ ਕਰੀਬ ਐਕਟਿਵਿਸਟ ਪਿਛਲੇ ਪੀਰੀਅਡ ਦੇ ਵਿੱਚ ਫੜੇ ਨੇ ਜਿਹੜੇ ਕਿ ਇੱਕ UN ਚਾਰਟਰ ਦੇ ਥੱਲੇ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ ਹੁਣ ਐਨ ਇਸ ਮੌਕੇ ਦੇ ਉੱਤੇ ਔਰ ਆਲਰੇਡੀ ਇਹ ਜਿਹੜੇ ਕੰਸਰਨ ਨੇ ਸਿੱਖਾਂ ਦੇ ਨੇ ਭਾਰਤ ਦੇ ਵਿੱਚ ਔਰ ਸ਼ਾਹੀਨ ਬਾਗ ਤੋਂ ਲੈ ਕੇ ਸਾਰੇ ਪਾਸੇ ਪ੍ਰੋਟੈਸਟ ਹੋ ਰਹੇ ਨੇ ਸੋ ਇਸ ਸਾਰੇ 'ਚੋਂ ਇਹ ਮੈਨੂੰ ਇਵੇਂ ਲੱਗਦਾ ਕਿ ਜਿੱਥੇ ਇਹ $2.5 ਬਿਲੀਅਨ $2.6 ਬਿਲੀਅਨ ਦੀ ਮਿਲਟਰੀ ਹੈਲੀਕਾਪਟਰ ਡੀਲ ਹੈ ਜਾਂ ਟ੍ਰੇਡ ਡੀਲ ਵੀ ਸਾਈਨ ਟੈਰਿਫ ਦੇ ਮੁੱਦੇ 'ਤੇ ਹੋਏਗੀ ਪਰ ਇਹ ਇੰਡੀਆ ਨੇ ਇਹ ਵਿਜ਼ਿਟ ਬੈਗ ਕੀਤੀ ਹੈ ਤਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਉੱਥੇ ਜਾ ਕੇ ਉਹ ਆਲਰੇਡੀ ਇੱਥੇ ਵੀ ਕਹਿ ਰਿਹਾ ਮੋਦੀ ਮਾਈ ਫਰੈਂਡ ਔਰ ਉਹਦਾ ਵਾਈਟ ਹਾਊਸ ਦਾ ਪ੍ਰੈਸ ਸੈਕਟਰੀ ਕਹਿ ਰਿਹਾ ਜੀ ਉਹਨੇ ਅਹਿਮਦਾਬਾਦ ਹੋਮ ਸਟੇਟ ਹੈ ਮੋਦੀ ਦੀ ਐਂਡ ਦੈਟ ਇਜ਼ ਏ ਗ੍ਰੇਟ ਸਟੇਟ ਜਿੱਥੋਂ ਮਹਾਤਮਾ ਗਾਂਧੀ ਨਿਕਲਿਆ ਇਹ ਗਾਂਧੀ ਨੂੰ ਫੋਲੋ ਕਰ ਰਿਹਾ ਮੋਦੀ ਜਾਂ ਜਿਹੜਾ ਕਹਿ ਰਿਹਾ ਜੀ ਇਹ ਪਲੂਰਲਿਜ਼ਮ ਔਰ ਗ੍ਰੇਟ ਡੈਮੋਕ੍ਰੇਸੀ ਸੋ ਮੈਂ ਸਮਝਦਾ ਵੀ ਇਹ ਇਵੇਂ ਹੀ ਹੈ ਕਿਉਂਕਿ ਅਮਰੀਕਾ ਨੂੰ ਲੌਂਗ ਟਰਮ ਜਿਹੜਾ ਟਰੰਪ ਦਾ ਵੀ ਏਜੰਡਾ ਹੈ ਇਸਲਾਮੋਫੋਬੀਆ ਹੀ ਨਹੀਂ ਲੱਕ ਇੰਟਾਈ ਇਸਲਾਮ ਜ਼ੀਨੋਫੋਬੀਆ ਸਾਰਾ ਕੁਛ ਉਹਦੇ 'ਚ ਵੀ ਫਿੱਟ ਬੈਠਦਾ ਔਰ ਇਸ ਸਾਰੇ 'ਚੋਂ ਅਲਟੀਮੇਟਲੀ
ਇਹੀ ਕੁਛ ਇਹਨਾਂ ਨੇ ਇਹ ਇੰਡੀਆ ਨੂੰ ਮੋਰ ਮੋਦੀ ਗਵਰਨਮੈਂਟ ਨੂੰ ਫੇਸ ਦੇਣ ਦਾ ਔਰ ਉਹ ਆਪਣੇ ਲੋਕਾਂ ਨੂੰ ਦੱਸ ਹੁਣ ਜਿਹੜੀ ਡਿਫੀਟ ਵੀ ਦਿੱਲੀ ਦੇ ਵਿੱਚ ਹੈ ਅਦਰਵਾਈਜ਼ ਵੀ ਜਿਹੜਾ ਉਹਨਾਂ ਦਾ ਇਸ ਵੇਲੇ ਚਿਹਰਾ ਇਕਨੋਮਿਕਲ ਹਾਲਤ ਜੋ ਹੈਗੀ ਹੈ ਉਹਨਾਂ ਦੀ ਜਿਹੜੀ ਓਵਰਆਲ ਜੀ ਡੀ ਪੀ ਰੇਟ ਹੈ ਉਹ ਬਹੁਤ ਥੱਲੇ ਚਲਾ ਗਿਆ ਔਰ ਈਵਨ ਉਹ ਇੰਡਸਟਰੀ ਜਿਵੇਂ ਅੱਜ ਹੀ ਮੈਂ ਐਨ ਡੀ ਟੀ ਵੀ ਦਾ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਐਗ ਇੰਡਸਟਰੀ ਜਿਹੜੀ ਬਹੁਤ ਵੱਡੀ ਹੈ ਦੁਨੀਆ ਦੇ ਵਿੱਚ ਸ਼ਾਇਦ ਫਸਟ ਸ਼ਾਇਦ ਚਾਈਨਾ ਹੈ ਫਿਰ ਭਾਰਤ ਹੈ ਦੁਨੀਆ ਦੇ ਵਿੱਚ ਪੋਲਟਰੀ ਇੰਡਸਟਰੀ ਹੈ ਉਹਨਾਂ ਦਾ ਇੰਨਾ ਬੁਰਾ ਹਾਲ ਹੈ ਬੰਦ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਫੀਡ ਹੁੰਦੀ ਹੈ ਕੁੱਕੜੀਆਂ ਦੀ ਜਾਂ ਚਿਕਨ ਦੀ ਉਹਨੂੰ ਉਹਦੇ 'ਚ ਕੁਛ ਪੈਂਦਾ ਪ੍ਰੋਟੀਨ ਹੈ ਜਾਂ ਕਿ ਉਹ ਇਕਦਮ ਉਹਦੇ ਭਾਅ ਚੁੱਕ ਦਿੱਤੇ ਨੇ ਉਹਦੇ ਥੱਲੇ ਐਗਸ ਦਾ ਪ੍ਰਾਈਸ ਅਪ ਚਲਾ ਗਿਆ ਔਰ ਮਾਰਕੀਟ ਦੇ ਵਿੱਚ ਹੋਲਸੇਲ 'ਚ ਉਹੀ ਪ੍ਰਾਈਸ ਹੈ ਅਦਰਵਾਈਜ਼ ਨਾ ਉਹਦਾ ਕੰਜ਼ਿਊਮਰ ਨੂੰ ਫਾਇਦਾ ਹੈ ਨਾ ਉਹਦਾ ਪ੍ਰੋਡਿਊਸਰ ਨੂੰ ਹੈ ਵਿਚਾਲੇ ਸਾਰੇ ਜਿਹੜੇ ਨੇ ਉਹ ਉਹਦੇ 'ਚੋਂ ਪ੍ਰੋਫਿਟ ਖਾ ਰਹੇ ਨੇ ਔਰ ਉਹਦੇ 'ਤੇ ਪੂਰਾ ਇੱਕ ਫੀਚਰ ਸੀ ਕਿ ਕਿੰਨਾ ਬੁਰਾ ਹਾਲ ਹੈ ਸੋ ਇਸ ਵੇਲੇ ਉਹਨਾਂ ਦਾ ਇਕਨੋਮਿਕਲ ਡਿਜ਼ਾਸਟਰ ਹੈ ਸੁਸਾਇਟੀ ਟੁੱਟੀ ਹੋਈ ਹੈ ਬਦਨਾਮੀ ਥਾਂ ਥਾਂ ਹੋ ਰਹੀ ਹੈ ਕਸ਼ਮੀਰ ਦਾ ਮੁੱਦਾ ਹਾਈਲਾਈਟ ਹੋ ਰਿਹਾ ਔਰ ਇਹਨਾਂ ਸਾਰਿਆਂ ਦੇ ਵਿੱਚ ਜਿਵੇਂ ਜ਼ਾਹਰ ਹੈ ਕਿ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੈ ਸੋ ਇਹ ਸਾਰਾ ਹੀ ਜਿਹੜਾ ਦੌਰਾ ਹੈ ਇਹ ਇਹਨਾਂ ਨੇ ਬੈਗ ਕਰਕੇ ਲਿਆ ਔਰ ਇਸ ਗੱਲ ਦੇ ਮੱਦੇਨਜ਼ਰ ਅਸੀਂ ਸਮਝਦੇ ਹਾਂ ਕਿ ਟਰੰਪ ਨੂੰ ਮੈਸੇਜ ਦੇਣਾ ਵੀ ਹਾਲਾਂ ਹਕੂਮਤਾਂ ਨੇ ਇਹਨਾਂ ਦੇ ਆਪਣੇ ਇੰਟਰਸਟ ਨੇ ਜੋ ਕਰਨਾ ਉਹੀ ਕਰਨਾ ਲੇਕਿਨ ਫਿਰ ਵੀ ਕੁਛ ਚੀਜ਼ਾਂ ਹਿਸਟੋਰੀਕਲ ਹੁੰਦੀਆਂ ਔਰ ਸਿੱਖ ਕੌਮ ਨੇ ਜਿਹੜਾ ਕਦੇ ਵੀ ਅਸੀਂ ਉਸ ਤੋਂ ਪਹਿਲਾਂ ਵੀ ਜਦੋਂ ਓਬਾਮਾ ਗਿਆ ਆਪਣੀ ਵਿਜ਼ਿਟ ਦੇ ਵੇਲੇ ਉਸ ਤੋਂ ਪਹਿਲਾਂ ਬੁਸ਼ ਗਿਆ ਅਸੀਂ ਕੈਂਪੇਨ ਅਖਬਾਰਾਂ ਦੇ ਵਿੱਚ ਵੀ ਚਲਾਉਂਦੇ ਰਹੇ ਰੈਲੀਜ਼ ਵੀ ਕਰਦੇ ਰਹੇ ਉਹਨਾਂ ਨੂੰ ਕਾਂਗਰਸਮੈਨ ਵੀ ਲਿਖਦੇ ਰਹੇ ਔਰ ਇਸ ਵਾਰ ਕਿਉਂਕਿ ਇਹਦੀ ਵਿਜ਼ਿਟ ਜਿਹੜੀ ਹੈ ਫੋਰਥ ਕਮਿੰਗ 24 ਔਰ 25 ਫਰਵਰੀ ਨੂੰ ਹੈ ਸਿੱਖਸ ਫਾਰ ਜਸਟਿਸ ਨੇ ਵਾਈਟ ਹਾਊਸ ਦੇ ਬਾਹਰ ਲਫੈਤ ਪਾਰਕ ਦੇ ਵਿੱਚ 18 ਫਰਵਰੀ ਨੂੰ ਯਾਨੀ ਕਿ ਜਿਹੜਾ ਕਮਿੰਗ ਟਿਊਜ਼ਡੇ ਹੋਏਗਾ ਦੁਪਹਿਰੇ 12:30 ਤੋਂ 2:30-3 ਵਜੇ ਤੱਕ ਇੱਕ ਪ੍ਰੈਸ ਕਾਨਫਰੰਸ ਜਿਹੜਾ ਇੱਕ ਰੈਲੀ ਦੀ ਸ਼ੇਪ 'ਚ ਹੋਏਗਾ ਉਹ ਰੱਖੀ ਹੈ ਜਿਹਨੂੰ ਅਸੀਂ ਜਿਹੜਾ ਜ਼ਰੂਰ ਕਵਰ ਵੀ ਕਰਾਂਗੇ ਉਹਦੇ 'ਚ ਆਪਣੀ ਸ਼ਿਰਕਤ ਵੀ ਕਰਾਂਗੇ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਇਹ ਠੀਕ ਹੈ ਕਿ ਕੁਛ ਚੀਜ਼ਾਂ ਮਜਬੂਰੀ ਨੇ ਅਸੀਂ ਬਹੁਤ ਸਾਰੇ ਫਰੰਟ ਇੱਕੋ ਵੇਲੇ ਨਹੀਂ ਖੋਲ੍ਹਣਾ ਚਾਹੁੰਦੇ ਬਟ ਐਟ ਦਾ ਸੇਮ ਟਾਈਮ ਜਦੋਂ ਹਕੂਮਤਾਂ ਜਾਂ ਇਸ ਕਿਸਮ ਦੇ ਰਿਜੀਮ ਜਿਹੜੇ ਕਿ ਬਿਲਕੁਲ ਹਿਊਮਨ ਰਾਈਟਸ ਇਨਸਾਨੀਅਤ ਇਸ ਸਾਰਿਆਂ ਨੂੰ ਡਾਲਰਾਂ ਦੇ ਬਰਾਬਰ ਤੋਲ ਰਹੇ ਹੋਣ ਜਾਂ ਸਿਆਸੀ ਹਿੱਤਾਂ ਲਈ ਇਨਸਾਨੀ ਹਕੂਕ ਕੁਰਬਾਨ ਕਰ ਰਹੇ ਹੋਣ ਅਤੇ ਘੱਟੋ ਘੱਟ ਜਿਵੇਂ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵੀ ਜੇ ਚੋਰ ਚੋਰੀ ਤੋਂ ਨਹੀਂ ਹਟਦਾ ਅਤੇ ਚੌਂਕੀਦਾਰ ਹੋਕਾ ਦੇਣੋਂ ਕਿਉਂ ਹਟ ਜਾਏ ਸੋ ਉਹਨੇ ਹੋਕਾ ਦੇਣਾ ਉਹਨੇ ਵਾਰਨ ਕਰਨਾ ਹੈ ਜਾਗਦੇ ਰਹੋ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਇੰਪੋਰਟੈਂਟ ਹੈ ਰੈਲੀ ਔਰ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਾਂਗੇ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਹਾਲਾਂ ਇਸ ਦਾ ਮੋਰ ਫੋਕਸ ਤਾਂ ਮੀਡੀਆ ਟਾਈਪ ਰੈਲੀ ਹੈ ਲੇਕਿਨ ਜਿਵੇਂ ਵੀ ਔਰਗਨਾਈਜ਼ਰਸ ਸਿੱਖਸ ਫਾਰ ਜਸਟਿਸ ਨੇ ਪਲੈਨ ਕੀਤਾ ਹੈ ਅਸੀਂ ਇਸ ਮੂਵ ਨੂੰ ਸਪੋਰਟ ਵੀ ਕਰਦੇ ਹਾਂ ਕਿਉਂਕਿ ਇਹ ਜ਼ਰੂਰੀ ਹੈ ਫੋਰ ਦਾ ਸੇਕ ਆਫ ਦਾ ਹਿਸਟਰੀ ਔਰ ਵੈਸੇ ਵੀ ਇਸ ਮੂਵ ਦੇ ਕਿ ਭਾਈ ਇਹ ਕਿਸ ਕਿਸਮ ਦਾ ਮੁਲਕ ਹੈ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਔਰ ਜਿਹਨੂੰ ਇਹ ਕਹਿ ਰਿਹਾ ਮੋਦੀ ਕਿ ਜੀ ਇਹ ਦਿਸ ਇਜ਼ ਏ ਅਵਰ ਕੋਮਨ ਕਮਿਟਮੈਂਟ ਟੂ ਡੈਮੋਕ੍ਰੇਸੀ ਐਂਡ ਪਲੂਰਲਿਜ਼ਮ ਕਿਸ ਕਿਸਮ ਦੀ ਉੱਥੇ ਡੈਮੋਕ੍ਰੇਸੀ ਹੈ ਕਿਸ ਕਿਸਮ ਦਾ ਪਲੂਰਲਿਜ਼ਮ ਹੈ ਇਸ ਬਾਰੇ ਤਾਂ ਇਹੀ ਕਹਿਣਾ ਬਣਦਾ ਕਿ ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲਓ ਇਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਜਿਹੜਾ ਡੈਵਿਲ ਹੈ ਸ਼ੈਤਾਨ ਹੈ ਉਹ ਸਪਿਰਿਚੁਅਲ ਸੈਰਮਨ ਸੁਣਾ ਰਿਹਾ ਹੁੰਦਾ ਉਹ ਕੁਰਾਨ ਦੀ ਆਇਤਾਂ ਸੁਣਾ ਰਿਹਾ ਜਾਂ ਉਹ ਗੁਰਬਾਣੀ ਸੁਣਾ ਰਿਹਾ ਜਾਂ ਉਹ ਸਪਿਰਚੁਐਲਿਟੀ ਜਿਹੜਾ ਹੈ ਉਹ ਇੰਟਰਪ੍ਰੇਟ ਕਰ ਰਿਹਾ ਸੋ ਇਹ ਮੋਦੀ ਦੇ ਮੂੰਹੋਂ ਡੈਮੋਕ੍ਰੇਸੀ ਅਤੇ ਪਲੂਰਲਿਜ਼ਮ ਇਵੇਂ ਹੀ ਹੈ ਕਿ ਜਿਵੇਂ ਅਗਦ ਪੜੈ ਸ਼ੈਤਾਨ ਵੇ ਲਾ ਲਓ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾਂ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਂਦੇ ਹਾਂ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਅਤੇ ਬੇਨਤੀ ਕਰ ਦਈਏ ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ
ਤੁਸੀਂ TVAG4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue Longland City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।